ਦੋਸਤੋ, ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਤਕਾ ਸਟਾਰ ਤੇ ਅੱਜ ਆਪਾਂ ਟੋਪਿਕ ਲੈ ਕੇ ਆਏ ਹਾਂ ਜਿਹੜਾ ਕਿ ਹਰ ਬੰਦੇ ਨਾਲ ਬੀਤਦੀ ਹੈ। ਤਰਸ ਖਾ ਕੇ ਵੀ ਕਈ ਵਾਰ ਆਪਾਂ ਪੈਸੇ ਦੇ ਦਿੰਦੇ ਹਾਂ, ਬਿਜ਼ਨਸ ਵਿੱਚ ਵੀ ਕਈ ਵਾਰੀ ਆਪਾਂ ਪੈਸੇ ਕਿਸੇ ਕੋਲ ਲੈਣੇ ਹੁੰਦੇ ਆ। ਪੈਸੇ ਦੇਣੇ ਬਹੁਤ ਸੌਖੇ ਆ, ਪਰ ਵਾਪਸ ਕਢਾਉਣੇ ਪੈਸੇ ਬਹੁਤ ਔਖੇ ਹੁੰਦੇ ਆ। ਮੇਰਾ ਇੱਕ ਰਿਸ਼ਤੇਦਾਰ ਹੈ, ਉਹਦੇ ਕੋਲ ਪੈਸੇ ਲੈਣੇ ਸੀ 100,000 ਰੁਪਏ। ਓ, ਮੈਂ ਕਹਿ ਕੇ ਥੱਕ ਗਿਆ ਯਾਰ, 100,000 ਰੁਪਇਆ ਵਾਪਸ ਕਰ ਦੇ ਮੇਰਾ, ਮੈਨੂੰ ਚਾਹੀਦਾ ਯਾਰ, ਬਿਜ਼ਨਸ 'ਚ ਪੈਸੇ ਚਾਹੀਦੇ ਨੇ, ਉਧਾਰ ਦੇ ਤੇ ਵਾਪਸ ਕਰ ਦੇ। ਅੱਗੋਂ ਪਤਾ ਕੀ ਕਹਿੰਦਾ, ਕਹਿੰਦਾ ਵੀਰ ਜੀ, ਗੱਲ ਇੱਦਾਂ ਹੈਗੀ ਆ, ਪੈਸੇ ਮੈਂ ਤੁਹਾਡੇ ਹੱਥੀ ਵਧੀ ਦੇਣੇ ਆ। ਅੱਛਾ, ਕਹਿੰਦਾ ਇਕੜਾ ਮਹੀਨਾ ਚੱਲਦਾ ਪਿਆ। ਮੈਂ ਕਿਹਾ ਜਨਵਰੀ, ਕਹਿੰਦਾ 31 ਮਾਰਚ ਨੂੰ ਨਾ। ਮੈਂ ਕਿਹਾ ਲੈ ਚਲੋ ਕੋਈ ਗੱਲ ਨਹੀਂ, ਪੈਸੇ 100,000 ਰੁਪਇਆ ਆਏਗਾ 31 ਮਾਰਚ ਨੂੰ, ਜਿਹੜਾ ਕਹਿੰਦਾ ਪਿਆ ਪੈਸੇ ਦੇ ਦੇਣੇ ਆ। ਅਤੇ ਮੈਂ ਕਿਹਾ ਠੀਕ ਹੈ 31 ਮਾਰਚ ਨੂੰ। ਕਹਿੰਦਾ ਨਹੀਂ, ਮੇਰੀ ਗੱਲ ਤਾਂ ਸੁਣੋ, 31 ਮਾਰਚ ਨੂੰ ਨਾ। ਮੈਂ ਕਿਹਾ ਕੋਈ ਗੱਲ ਨਹੀਂ ਯਾਰ, 31 ਮਾਰਚ ਨੂੰ ਦੇ ਦੀ। ਉਹ ਕਹਿੰਦਾ ਮੇਰੀ ਗੱਲ ਤਾਂ ਸੁਣ ਲਓ, 31 ਮਾਰਚ ਨੂੰ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਪੈਸੇ ਕਦੋਂ ਦੇਣੇ। ਨਾਲੇ ਘਰ ਕਿਰਾਏ ਤੇ ਦਿੱਤਾ, ਨਾਲੇ ਮੰਗਤੇ ਬਣਾ ਛੱਡਿਆ, ਬੈਲ ਵੱਜਦੀ ਆ। ਉਹ ਕਾਕਾ, ਤੂੰ ਤੇ ਹੱਥ ਝਾੜ ਦੇਣੇ ਆ। ਉਹ ਜਾ ਕਾਕਾ, ਤੂੰ ਜਾ, ਤੂੰ ਆਪਣੇ ਪਿਓ ਮਹਿੰਦਰ ਸਿੰਘ ਨੂੰ ਭੇਜ। ਨਹੀਂ ਭੇਜਦਾ ਮੈਂ। ਕਮਾਲ ਕਰਦੇ ਯਾਰ, ਮੈਂ ਕਿਰਾਇਆ ਲੈਣਾ, ਨਹੀਂ ਭੇਜਦੇ, ਜਾ ਆਪਣੇ ਪਿਓ ਮਹਿੰਦਰ ਸਿੰਘ ਨੂੰ ਭੇਜ। ਉਹ ਭਰਾਵਾ, ਮੈਂ ਆਪਣੇ ਪਿਓ ਮਹਿੰਦਰ ਸਿੰਘ ਨੂੰ ਨਹੀਂ ਬੁਲਾਉਣਾ। ਓਏ, ਕੀ ਚੱਕਰ ਕੀ ਆ, ਪਿਓ ਮਹਿੰਦਰ ਸਿੰਘ ਨੂੰ ਕਿਉਂ ਨਹੀਂ ਬੁਲਾਉਣਾ? ਉਹ ਭਰਾਵਾ, ਕਿਉਂਕਿ ਚਾਚਾ ਮਹਿੰਦਰ ਸਿੰਘ ਹੈ, ਪਿਓ ਤੇ ਜਸਵੀਰ ਸਿੰਘ ਹੈ। ਚਾਚਾ, ਚਾਚੇ ਨੂੰ ਬੁਲਾ, ਚਾਚੇ ਨੂੰ ਬੁਲਾ, ਐਵੇਂ ਕਹਾਣੀਆਂ ਦਾ ਪਾ ਯਾਰ। ਐਂ ਸਹੀ ਕਿਹਾ ਨਾ, ਹੁਣ ਬੁਲਾਉਣਾ। ਐਵੇਂ ਦੱਸੋ ਹੋਰ ਹੀ ਕਹਾਣੀ। ਚੋਕਰ ਦਰਸ਼ਨ ਹੋਏ ਤੁਹਾਡੇ, ਉਹ ਮਾਰਾ ਕਿਰਾਇਆ ਦਿਓ, ਕੀ ਤੁਸੀਂ ਮੈਨੂੰ ਮੰਗਤਾ ਬਣਾਇਆ ਯਾਰ? ਕਿਰਾਇਆ ਸਵੇਰੇ ਸਵੇਰੇ ਕਿਰਾਇਆ, ਹਾਲੇ ਕੋਈ ਬੋਣੀ ਵੀ ਨਹੀਂ ਕੀਤੀ ਆਪਾਂ, ਕਿਰਾਇਆ ਮੰਗਣਾ ਬੋਣੀ ਮੈਂ? ਉਹ ਮਹਾਰਾਜ, ਬੋਣੀ ਤੁਸੀਂ ਦੁਕਾਨ 'ਤੇ ਜਾ ਕੇ ਕਰੀਓ, ਮੇਰਾ ਕਿਰਾਇਆ ਦਿਓ, 4 ਮਹੀਨੇ ਦਾ ਕਿਰਾਇਆ ਤੁਹਾਡੇ ਲਈ ਪਿਆ ਜੀ, ਮਕਾਨ ਖਾਲੀ ਕਰੋ। ਨਹੀਂ ਤਾਂ ਭਾਅ ਜੀ, ਮਾਰਕੀਟ ਨਹੀਂ ਬੋਣੀ ਕਰਨ ਡੇ, ਕੀ ਗੱਲ ਚੱਕਰ ਭਾਈ, ਮੇਰੇ ਬੱਚੇ ਪੜ੍ਹਦੇ ਪਏ ਆ। ਉਹ ਭਾਅ ਜੀ, ਕਿਰਾਇਆ ਲੈਣਾ ਇਹਨਾਂ ਕੋਲ 4 ਮਹੀਨੇ ਦਾ। ਫਿਰ ਕੀ ਹੋਇਆ ਕਿਰਾਇਆ ਲੈਣਾ? ਕਿਰਾਇਆ ਦੇਣ ਨਹੀਂ ਡੇ ਮੈਨੂੰ। ਸਾਰਾ ਮਲਾ ਕਿਰਾਇਆ ਰਹਿੰਦਾ, ਅੱਜ ਤੱਕ ਕੋਈ ਮੰਗਣ ਨਹੀਂ ਆਇਆ ਕਿਰਾਇਆ। ਅਤੇ ਜਿਹੜਾ ਮੰਗਣ ਦਾ ਉਹ ਮੰਗਦੇ ਹੀ ਆਉਂਦੇ ਬਸ। ਅੱਛਾ, ਮੈਂ ਮੰਗਦਾ, ਤੁਸੀਂ ਘਰ ਖਾਲੀ ਕਰੋ, ਚਲੋ ਚਲੋ ਚਲੋ। ਕਿਉਂ ਖਾਲੀ ਕਰੋ? ਅਗਲਾ ਤੁਹਾਡੇ ਘਰ ਦੀ ਸਫਾਈ ਵੀ ਕਰੇ, ਸਿਉਂਕ ਤੋਂ ਲੱਗਣ ਤੋਂ ਵੀ ਬਚਾਵੇ। ਭਰਾਵਾ, NRI ਫ੍ਰੀ ਦੇ ਕੇ ਜਾਂਦੇ ਆ ਘਰ? ਕਿੰਨੇ ਮਹੀਨੇ ਦਾ ਕਿਰਾਇਆ? 4 ਮਹੀਨੇ ਦਾ ਕਿਰਾਇਆ, 4 × 16 16,000 ਭਾਈ ਤੁਹਾਡਾ, 16,000 ਰੁਪਏ। ਅੱਛਾ, ਇੱਦਾਂ ਕਰਿਓ, 8,000 ਰੁਪਇਆ ਅਗਲੇ ਮਹੀਨੇ ਦੀ 1 ਤਰੀਕ ਨੂੰ ਉਹਨੂੰ ਦੇਣਾ, ਜਿੰਨੇ ਦੇਣਾ ਮੈਂ ਬੈਠਾ। ਹੋ ਗਈ ਗੱਲ? ਉਹ 16,000 ਰੁਪਏ, ਚਲ 8,000 ਆ ਗਿਆ ਨਾ, ਓਕੇ। ਹਾਂ ਚਲੋ, ਹੋ ਗਿਆ, ਬਚ ਜਾ ਕੇ 8,000। 31 ਮਾਰਚ ਫਾਈਨੈਂਸ਼ੀਅਲ ਈਅਰ ਖਤਮ ਹੋਣ ਤੋਂ ਬਾਅਦ ਆ ਤੇਰੇ ਘਰ ਹੱਥੀ ਬੱਧੀ ਦੇ ਕੇ ਆਣਗੇ, ਨਹੀਂ ਤਾਂ ਮੈਂ ਬੈਠਾ। ਚਲੋ ਠੀਕ ਆ, 16,000 ਦੇ ਦਾਂਗੇ, 8,000 ਉਹ ਵੀ ਆ ਗਿਆ, 16,000 ਪੂਰੇ ਹੋ ਗਏ ਨਾ, ਫਿਰ ਕਾਹਦੀ ਪਰੇਸ਼ਾਨੀ ਹੈ? ਪਰ 938 ਵਿਆਹ ਹੀ ਨਹੀਂ ਮੈਂ ਛੱਡ ਕੇ ਜਾਣਾ। ਤੇਰੀ ਵਾਈਫ ਅਨੀਤਾ ਹੀ ਹੈ ਨਾ? ਆਹੋ, ਕਿ ਉਹ ਅਨੀਤਾ, ਮੇਰੀ ਵਾਈਫ ਕੋਲ ਸਿਲੰਡਰ ਲੈ ਗਈ 6 ਮਹੀਨੇ, ਅਸੀਂ ਮੰਗਣ ਨਹੀਂ ਗਏ, ਸਿਲੰਡਰ ਵੀ ਖਾਲੀ ਕਰਕੇ, ਖਾਲੀ ਸਿਲੰਡਰ ਵੀ ਨਹੀਂ ਦੇ ਕੇ ਗਏ। 936 ਰੁਪਏ ਦਾ ਆਉਂਦਾ ਸਿਲੰਡਰ? 936 ਦਾ ਸਿਲੰਡਰ ਕੱਢ ਲਓ ਯਾਰ, ਮੈਂ ਕਰ ਲਾਂਗਾ ਹਿਸਾਬ। 938 ਮੈਂ ਤੁਹਾਡੇ ਕੋਲ ਲੈਣੇ, 936 ਘਟਾਏ, 2 ਰੁਪਈਏ ਰਹਿ ਗਏ ਜੀ। ਓ ਲਾਂਤੀਓ, ਲਾਂਤੀਓ, ਸ਼ਰਮ ਕਰੋ, ਸ਼ਰਮ ਕਰੋ, ਹੁਣ 2-2 ਰੁਪਏ ਪਿੱਛੇ ਮਰਨ ਡਏ ਹੋ ਤੁਸੀਂ। ਕੀ ਹੋਇਆ?
ਤੁਹਾਨੂੰ ਇੰਤਜ਼ਾਰ ਹੋਏਗਾ ਡਿਪਟੀ ਰਾਜਾ ਜੀ ਆਪਣੀ ਸਟੈਂਡ ਅਪ ਕਮੇਡੀ ਕਰਦੇ ਹੁੰਦੇ ਨੇ ਤੇ ਆਓ ਦੇਖਦੇ ਹਾਂ ਇਸੇ ਟੌਪਿਕ ਤੇ ਇੱਕ ਸਟੈਂਡ ਅਪ ਕਮੇਡੀ ਜੀ ਆਇਆਂ ਨੂੰ ਜੀ ਤੱਕਾ ਸਟਾਰਟ ਵਿੱਚ ਮੈਂ ਸ਼੍ਰੀ ਡਿਪਟੀ ਰਾਜਾ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋ ਤੁਹਾਡੀ ਬਹੁਤ ਸ਼ੁਕਰੀਆ ਮਿਹਰਬਾਨੀ ਜਿਵੇਂ ਕਿ ਅੱਜ ਦਾ ਟੌਪਿਕ ਚੱਲ ਰਿਹਾ ਵੀ ਪੈਸਿਆਂ ਦਾ ਲੈਣ ਦੇਣ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ ਮਾਲਕ ਮਕਾਨ ਕੋ ਹੋਵੇ ਕਿਰਾਏਦਾਰ ਦਾ ਲੈਣ ਦੇਣ ਹੋਵੇ ਇਸ ਤਰ੍ਹਾਂ ਦੇ ਲੈਣ ਦੇਣ 'ਚ ਆਪਾਂ ਨੂੰ ਪੈਣਾ ਨਹੀਂ ਚਾਹੀਦਾ ਕਿਉਂਕਿ ਦੇਖੋ ਜੀ ਨੂੰਹ ਸੱਸ ਦੀ ਅਤੇ ਮਾਲ ਮਕਾਨ ਕਿਰਾਏਦਾਰ ਦੀ ਕਦੀ ਬਣ ਨਹੀਂ ਸਕਦੀ ਨੂੰਹ ਸੱਸ ਨੇ ਆਪਣੀ ਨਿੱਕੀ ਨਿੱਕੀ ਗੱਲ 'ਤੇ ਲੜੀ ਜਾਣਾ ਇਸ ਕਰਕੇ ਤੁਸੀਂ ਉੱਧਰ ਫਸੋਗੇ ਅਤੇ ਉੱਧਰ ਤੁਸੀਂ ਚੱਕਰ 'ਚ ਫਸੋਗੇ ਕਿਰਾਏਦਾਰ ਮਾਲ ਮਕਾਨ ਨੂੰ ਇਹੀ ਤੁਸੀਂ ਇਸ ਵਿੱਚ ਮਤਲਬ ਕਿ ਤੁਸੀਂ ਪੈ ਗਏ ਅਗਰ ਕਿਸੇ ਨੂੰ ਲੈ ਕੇ ਦੇ ਦਿੱਤਾ ਮਕਾਨ ਅਤੇ ਉੱਧਰ ਤੁਹਾਨੂੰ ਲਾਂਭਾ ਆਉਣਾ ਕਿਉਂਕਿ ਕਿਰਾਏਦਾਰ ਨੇ ਕਹੀ ਜਾਣਾ ਦੇਖੋ ਜੀ ਛੱਤਾਂ 'ਚ ਆਉਂਦੀਆਂ ਹੈ ਜੀ ਤੁਸੀਂ ਰਿਪੇਅਰ ਨਹੀਂ ਕਰਾ ਕੇ ਦਿੰਦੇ ਕਲੀ ਕਿਰਾਏ ਨੂੰ ਤੁਹਾਨੂੰ 7 ਸਾਲ ਹੋ ਗਏ ਆਪਾਂ ਉਹਨੂੰ ਰਹਿੰਦੇ ਨੂੰ 7 ਮਹੀਨੇ ਹੋਏ ਹੁਣ ਅਤੇ ਮਕਾਨ ਮਾਲਕ ਨੇ ਕਹੀ ਜਾਣਾ ਇਹ ਟਾਈਮ 'ਤੇ ਕਿਰਾਇਆ ਨਹੀਂ ਦਿੰਦੇ ਜੀ ਹੈ ਜੀ 36 ਵਾਰੀ ਮੰਗੋ ਤਾਂ ਫੇਰ ਦਿੰਦੇ ਨੇ ਇਸ ਤਰ੍ਹਾਂ ਦਾ ਚੱਕਰ ਪਿਆ ਹੀ ਰਹਿੰਦਾ ਇਸ ਕਰਕੇ ਇਸ ਲੈਣ ਦੇਣ 'ਚ ਪੈਣਾ ਹੀ ਨਹੀਂ ਹੈਗਾ ਅਤੇ ਲੈਣ ਦੇਣ ਦੀਆਂ ਕਈ ਗੱਲਾਂ ਹੁੰਦੀਆਂ ਮਸਲਨ ਤੁਸੀਂ ਕਿਸੇ ਦੋਸਤ ਨੂੰ ਪੈਸੇ ਦੇ ਦਿੱਤੇ ਅਤੇ ਸਮਝੋ ਦੋਸਤ ਵੀ ਗਿਆ ਅਤੇ ਪੈਸਾ ਵੀ ਗਿਆ ਇਸ ਕਰਕੇ ਪਹਿਲੋਂ ਕੋਰੇ ਬਣ ਜਾਓ ਭਾਈ ਨਹੀਂ ਭਾ ਮੇਰੇ ਕੋਲ ਪੈਸੇ ਹੈ ਨਹੀਂ ਅਤੇ ਕਈ ਵਾਰੀ ਦੁਕਾਨਦਾਰਾਂ ਨੇ ਲਿਖ ਕੇ ਲਾਇਆ ਹੁੰਦਾ ਉਧਾਰ ਮੰਗ ਕਰ ਸ਼ਰਮਿੰਦਾ ਨਾ ਕਰੇ ਅਤੇ ਕਈ ਸਾਡੇ ਵਰਗੇ ਢੀਠ ਫੇਰ ਜਾ ਕੇ ਕਹਿਣ ਦਿੰਦੇ ਭਾਜੀ ਸ਼ਰਮਿੰਦਾ ਕਰਨ ਆਇਆ ਸੀ ਜਾਣੀ ਕਿ ਉਧਾਰ ਲੈਣ ਆਇਆ ਸੀਗਾ ਤੋ ਉਧਾਰ ਲੈਣਾ ਇਹ ਬੜੀ ਮਾੜੀ ਗੱਲ ਹੈ ਲੇਕਿਨ ਲੋਕ ਲੈ ਲੈਂਦੇ ਨੇ ਮੁੜ ਕੇ ਪੈਸੇ ਦਿੰਦੇ ਨਹੀਂ ਜਦੋਂ ਮੰਗਣਾ ਦਾ ਬੰਦਾ ਤਾਂ ਉਹਨੂੰ ਕਹਿਣ ਦੇ ਅੱਖਾਂ ਦਿਖਾ ਕੇ ਯਾਰ ਅਸੀਂ ਭੱਜ ਚੱਲੇ ਹਾਂ ਅਤੇ ਮੂਹਰੋਂ ਬੰਦਾ ਕਹਿਣ ਦਾ ਯਾਰ ਤੇਰੇ ਭੱਜਣ ਦਾ ਇੰਤਜ਼ਾਰ ਕਰੀਏ ਤਾਂ ਦੂਜੀ ਗੱਲ ਜਿਵੇਂ ਸਾਡਾ ਅੱਜ ਟੌਪਿਕ ਚੱਲ ਰਿਹਾ ਵੀ ਕੰਮ ਦਾ ਲੋਕ ਕਿਤੇ ਤਾਂ ਫੜਾ ਮਾਰ ਰਹੇ ਵੀ ਕੰਮ ਹੈ ਨਹੀਂ ਅਤੇ ਕੰਮ ਹੈ ਨਹੀਂ ਮੇਰਾ ਇੱਕ ਦੋਸਤ ਆ ਟੇਲਰ ਅਤੇ ਮੈਂ ਉਹਦੇ ਕੋਲ ਆਮ ਬਹਿਣਾ ਹੁੰਦਾ ਜਾ ਕੇ ਅਤੇ ਉਹਨੂੰ ਕਦੋਂ ਪੁੱਛ ਲਓ ਕੰਮ ਕਿੱਦਾਂ ਕੰਮ ਹੈ ਨਹੀਂ ਡਿਪਟੀ ਪਾ ਕੰਮ ਹੈ ਨਹੀਂ ਬਿਲਕੁਲ ਜ਼ੀਰੋ ਹੋ ਗਿਆ ਕੰਮ ਵੱਡਾ ਜ਼ੀਰੋ ਲੋਕ ਦੇਖ ਕਮੀਜ਼ਾਂ ਰੈਡੀਮੇਡ ਪੈਂਟਾਂ ਰੈਡੀਮੇਡ ਕੁੜਤੇ ਪਹਿਮੇ ਰੈਡੀਮੇਡ ਕੱਪੜੇ ਸਵਾਉਂਦਾ ਹੀ ਕੋਈ ਨਹੀਂ ਵਿਹਲੇ ਬੈਠੇ ਪਾ ਕੰਮ ਹੈ ਨਹੀਂ ਬਿਲਕੁਲ ਕੰਮ ਹੈ ਨਹੀਂ ਜ਼ੀਰੋ ਵੱਡਾ ਜ਼ੀਰੋ ਹੋ ਗਿਆ ਕੰਮ ਸਾਡਾ ਮੈਂ ਕਿਹਾ ਅੱਛਾ ਤੋ ਮੈਂ ਇੱਕ ਦਿਨ ਘਰ ਬੈਠਾ ਸੀਗਾ ਮੈਂ ਪੇਟੀਆਂ ਪੁੱਟੀਆਂ ਫੋਲੀਆਂ ਅਤੇ ਵਿੱਚੋਂ ਇੱਕ ਪੈਂਟ ਪੀਸ ਨਿਕਲਿਆ ਮੈਂ ਕਿਹਾ ਯਾਰ ਸਵਾ ਲੈਂਦੇ ਸ਼ੂਟਿੰਗ ਦੇ ਕਿਤੇ ਕੰਮ ਆ ਜਾਏਗਾ ਮੈਨੂੰ ਟੇਲਰ ਦੀ ਆਪਣੇ ਦੋਸਤ ਦੀ ਯਾਦ ਆਈ ਮੈਂ ਕਿਹਾ ਚਲੋ ਕੋ ਸਵਾਨੇ ਮੈਂ ਉਹ ਕੋ ਗਿਆ ਮੈਂ ਕਿਹਾ ਆ ਟੇਲਰ ਮਾਸਟਰ ਸਾਹਿਬ ਪੈਂਟ ਸੀਣੀ ਸੀ ਹਾਂ ਹਾਂ ਸੀ ਦਿਆਂਗੇ ਨਾਪ ਦਿਓ ਨਾਪ ਲਿੱਤਾ ਤਾਂ ਮੈਨੂੰ ਕਹਿੰਦਾ ਇਹ ਸ਼ਨੀਵਾਰ ਲੈ ਜਿਓ ਮੈਂ ਕਿਹਾ ਅੱਜ ਸੋਮਵਾਰ ਹੋਇਆ ਹਾਂ ਹਾਂ ਸ਼ਨੀਵਾਰ ਲੈ ਲਈਓ ਮੈਂ ਠੀਕ ਆ ਜੀ ਮੈਂ ਸ਼ਨੀਵਾਰ ਗਿਆ ਬੜਾ ਟਾਈਮ ਕੱਢ ਕੇ ਅਤੇ ਜਾ ਕੇ ਮੈਨੂੰ ਕਹਿੰਦਾ ਭਾ ਟਾਈਮ ਨਹੀਂ ਲੱਗਾ ਮੰਗਲਵਾਰ ਲੈ ਲਈ ਮੈਂ ਚਲੋ ਮੰਗਲਵਾਰ ਲੈ ਲਾ ਮੈਂ ਮੰਗਲਵਾਰ ਗਿਆ ਉਹ ਡਿਪਟੀ ਭਾ ਟਾਈਮ ਨਹੀਂ ਲੱਗਾ ਤੂੰ ਸ਼ਨੀਵਾਰ ਲੈ ਲਈ ਮੈਂ ਕਿਹਾ ਕੋਈ ਸ਼ਰਮ ਕਰ ਹੀ ਆ ਕਰ ਆ ਕੱਲ੍ਹ ਨੂੰ ਹੱਥ ਮਾਰ 5 ਦਿਨ ਪਹਿਲਾਂ ਤੇਰੇ ਕੋਲ ਮੈਂ ਆਇਆ ਸੀ ਤੂੰ ਕਹਿੰਦਾ ਸੀਗਾ ਵੀ ਮੇਰੇ ਕੋਲ ਕੰਮ ਹੈ ਨਹੀਂ ਕੰਮ ਹੈ ਨਹੀਂ ਕੰਮ ਜ਼ੀਰੋ ਹੋ ਗਿਆ ਅੱਜ ਤੂੰ ਕਹਿੰਦਾ ਟਾਈਮ ਹੈ ਨਹੀਂ ਪਹਿਲਾਂ ਸੋਚ ਲੈ ਭਾ ਵੀ ਤੇਰੇ ਕੋਲ ਕੰਮ ਹੈ ਨਹੀਂ ਜਾਂ ਟਾਈਮ ਹੈ ਨਹੀਂ
ਮਾਸਟਰ ਛਣਕਾਰ ਤਮਾਸ਼ਾ ਵੰਗਾ ਦਾ ਵੰਗਾ ਲਾਈ ਬਹਾਰ ਵੰਗਾ ਲਾਈ ਬਹਾਰ ਤਮਾਸ਼ਾ ਵੰਗਾ ਦਾ ਵੰਗਾ ਦੀ ਛਣਕਾਰ ਤਮਾਸ਼ਾ ਵੰਗਾ ਦਾ ਵੰਗਾ ਦੀ ਛਣਕਾਰ ਤਮਾਸ਼ਾ ਵੰਗਾ ਦਾ ਛਣਕਣ ਜਦ ਮੈਂ ਮਹਿੰਦੀ ਲਾਈ ਰੰਗ ਬਿਰੰਗੀਆਂ ਵੰਗਾਂ ਛਣਕਣ ਜਦ ਮੈਂ ਮਹਿੰਦੀ ਲਾਈ ਵੰਗਾਂ ਛਣਕਦੀਆਂ ਹੋ ਵੰਗਾਂ ਛਣਕਦੀਆਂ ਜਦ ਮਾਈਏ ਫੜੀ ਕਲਾਈ ਵੰਗਾਂ ਛਣਕਦੀਆਂ ਤਮਾਸ਼ਾ ਵੰਗਾਂ ਦਾ ਤਮਾਸ਼ਾ ਵੰਗਾਂ ਦਾ ਛਣਕਦੀਆਂ ਹੋ ਵੰਗਾਂ ਛਣਕਦੀਆਂ ਜਦ ਕੁੰਡ ਦੇ ਵਿੱਚ ਸ਼ਰਮਾਵਾਂ ਵੰਗਾਂ ਛਣਕਦੀਆਂ ਤਮਾਸ਼ਾ ਵੰਗਾਂ ਦਾ ਤਮਾਸ਼ਾ ਵੰਗਾਂ ਦਾ ਤਮਾਸ਼ਾ ਵੰਗਾਂ ਦਾ ਤਮਾਸ਼ਾ ਵੰਗਾਂ ਦਾ ਸਾਡੇ ਮਤਲਬ ਜਿਹੜਾ ਸਬਜ਼ੀ ਵੇਚਣ ਆਉਂਦਾ ਨਾ ਉਹ ਮੇਰੇ ਕੋਲ ਪੈਸੇ ਉਧਾਰੇ ਲੈ ਗਿਆ ਅੱਛਾ ਪੈਸੇ ਸਾਰੇ 100 ਰੁਪਏ ਸੀਗੇ ਪਰ ਮੈਨੂੰ ਗੁੱਸਾ ਹੋਣਾ ਸੀ ਯਾਰ ਪੈਸੇ ਉਧਾਰੇ ਲੈ ਗਏ ਵਾਪਸ ਕਿੱਦਾਂ ਕਢਾਉਣੇ ਆ ਜਦੋਂ ਮੈਂ ਕੋਈ ਸਬਜ਼ੀ ਲੈਣੀ ਸਬਜ਼ੀ ਦੇ ਪੈਸੇ ਲੈ ਲੈਣੇ 100 ਰੁਪਏ ਉੱਥੇ ਦਾ ਉੱਥੇ ਹੀ ਖੜਾ ਸੀ ਫਿਰ ਮੈਂ ਇੱਕ ਦਿਨ ਸਕੀਮ ਲਾਈ ਆਓ ਦੇਖਦੇ ਕਿੱਦਾਂ ਕਢਾਏ ਪੰਦ ਗੋਭੀ ਲੈ ਫਲੀਆਂ ਲੈ ਖੀਰੇ ਲੈ ਆਓ ਭਾਜੀ ਚੱਲ ਇਹ ਭਾਜੀ ਹੈਗੀ ਗੋਭੀ ਅੰਗਰੇਜ਼ੀ ਗੋਭੀ ਇਹਦੇ ਨਾਲੋਂ ਦੁੱਗਣੇ ਭਾਅ ਸੀ ਉਹ ਕੀ ਬਣੇ ਇਹ ਵੀ ਗੋਭੀ ਹੈ ਇਹ ਗੋਭੀ ਹੈ ਇਹ ਵੀ ਗੋਭੀ ਹਾਂਜੀ ਇਹ ਵੀ ਗੋਭੀ ਤੇ ਇਹ ਕੀ ਹੈ ਇਹ ਬੰਦ ਗੋਭੀ ਹੈ ਬੰਦ ਗੋਭੀ ਇਹਨੂੰ ਪਹਿਲਾਂ ਖੋਲ ਕੇ ਦਿਖਾ ਗਿਆ ਭਾਜੀ ਖੋਲਦੀ ਨਹੀਂ ਹੁੰਦੀ ਇੱਦਾਂ ਕੱਟ ਕੇ ਧਰੀ ਦੀ ਹੈ ਕੈਸੇ ਗਾਹਕ ਆਉਣ ਡੇ ਹਾਂਜੀ ਭਾਜੀ ਉਹ ਯਾਰ ਨਿੰਬੂ ਦੀ 1/2 ਕਿਲੋ ਕੀ ਰੇਟ ਕੀ ਹੈ ਨਿੰਬੂ ਭਾਜੀ 70 ਰੁਪਏ ਕਿਲੋ ਆ ਇਹ 1/2 ਕਿਲੋ ਆ 35 ਰੁਪਏ ਦੇ 35 ਰੁਪਏ ਦੇ ਹਾਂਜੀ 35 ਦੇ ਐਡਾ ਹੋਕਾ ਕੀ ਭਰਿਆ ਉਹ ਭਰਾਵਾ 30 ਰੁਪਏ ਬੰਦੇ ਆ ਕਿੱਥੇ 35 ਰੁਪਏ ਭਾਜੀ 35 ਰੁਪਏ ਤੁਹਾਨੂੰ ਸਹੀ ਸੌਦਾ ਲਾਇਆ 35 ਰੁਪਏ ਨਿੰਬੂ ਦੇਖੋ ਕਾਇਦਾ ਪਿਆ ਪੀਲੇ ਨਿੰਬੂ ਓ ਯਾਰ ਭਾਜੀ 30 ਰੁਪਏ 1/2 ਕਿਲੋ ਰੇਟ ਭਾਜੀ ਕੀ 5 ਰੁਪਏ ਪਿੱਛੇ 30 ਰੁਪਏ 35 ਰੁਪਏ ਬੰਦੇ ਤੇ ਦਿਓ 35 ਰੁਪਏ ਤੁਸੀਂ ਲਾਸਟ ਇਹੀ ਲੱਗੂਗਾ ਇਹੀ ਚਲੋ ਕੱਟੋ ਫਿਰ ਕੱਟੋ ਉਹ ਖੁੱਲੇ ਪੈਸੇ ਦਿਓ ਭਾਜੀ ਮੈਂ ਅਜੇ ਆ ਕੇ ਖੜਾ ਹੋਇਆ ਖੁੱਲੇ ਪੈਸੇ ਦਿਓ ਰੱਖੋ ਉਹਨੂੰ ਮੇਰੇ ਕੋਲ ਖੁੱਲਾ ਨਹੀਂ ਹੈਗਾ ਯਾਰ ਕਰੇਲੇ ਕੀ ਭਾਅ ਲਾਏ ਕਰੇਲੇ 60 ਰੁਪਏ ਕਿਲੋ ਭਾਜੀ 8 ਰੁਪਏ ਹੈ ਤਾਂ ਮਹਿੰਗੇ ਯਾਰ ਠੀਕ ਠੀਕ ਲਾਓ ਯਾਰ ਠੀਕ ਠੀਕ ਲਾ ਦੂੰਗਾ ਭਾਜੀ 100 ਦੀਆਂ ਪਰਚੀਆਂ ਹੋਣੀਆਂ ਤੁਹਾਡੇ ਕੋਲ ਯਾਰ ਪਰਚੀਆਂ ਚਲੋ ਬੜੀਆਂ ਔਖੀਆਂ ਹੋਣਗੀਆਂ ਲੈ ਨਿਕਲ ਹੀ ਆਈਆਂ ਆਹ ਫੜੋ ਜੀ ਲਓ ਆਹ ਬਣ ਗਈ ਤੁਹਾਡੀ ਗੱਲ ਓ ਯਾਰ ਮੈਨੂੰ ਕੰਮ ਯਾਦ ਆ ਗਿਆ ਸੱਚ ਇੱਦਾਂ ਕਰੋ 100 ਤੁਹਾਨੂੰ ਆ ਗਿਆ ਨਾ ਇਹ 100 ਫੜੋ ਹੋਰ ਮੈਨੂੰ 200 ਦਾ ਨੋਟ ਦਿਓ
ਕੀ ਹੋਣਾ, ਮੈਂ ਆਇਆ ਦੁਬਾਰਾ ਆ ਕੇ ਲੈਣਾ। ਕੋਈ ਨਹੀਂ, ਆ ਜਾਓ। ਓਕੇ ਓਕੇ। ਹਾਂਜੀ ਦੇਖੋ ਭਾਅ ਜੀ, ਤੁਹਾਨੂੰ 35 ਰੁਪਏ ਲੱਗਣੇ ਆ, ਤੁਹਾਨੂੰ ਮੈਂ ਖੁੱਲ੍ਹੇ ਦੇ ਪੈਸੇ ਦੇਣੇ ਮੇਰੇ ਕੋਲ ਆ ਕੇ। ਪਰ ਕੀ 100 ਦੀਆਂ ਪਰਚੀਆਂ ਮੈਂ ਲਈਆਂ, ਫਿਰ 100 ਦਿੱਤਾ, ਫਿਰ ਮੇਰੇ ਕੋਲ 200 ਰੁਪਈਆ ਲੈ ਗਏ, ਕੀ ਹਿਸਾਬ ਕੀ ਬਣਿਆ? ਹਿਸਾਬ ਕੁਛ ਨਹੀਂ ਆਇਆ ਭਾਅ ਜੀ, ਮੇਰੇ ਨਾਲ 5 ਰੁਪਏ ਪਿੱਛੇ ਬੈਂਸਣ ਡੇ ਹੋ, ਉੱਧਰ ਸੋਨੇ ਆ ਜੀ ਦੇਤਾ। ਮੈਂ ਆਪਣੇ ਮੁਹੱਲੇ ਜਿਹੜਾ ਕਰਿਆਨੇ ਵਾਲਾ ਨਾ, ਉਹਦੇ ਕੋਲੋਂ ਸਮਾਨ ਲੈਣ ਗਿਆ, ਸਮਾਨ ਪੈਕ ਕਰਾਇਆ ਮੈਂ, ਘੱਟੋ ਘੱਟ 2-3 ਹਜ਼ਾਰ ਰੁਪਏ ਦਾ ਸਮਾਨ ਸੀਗਾ, ਅਤੇ ਜਦੋਂ ਪੈਕ ਹੋ ਗਿਆ ਮੈਂ ਦੇਖਿਆ ਮੇਰਾ ਬਟੂਆ ਹੀ ਹੈ ਨੀਗਾ। ਮੈਂ ਕਿਹਾ ਇੱਦਾਂ ਕਰੋ ਭਾਅ ਜੀ, ਮੈਂ ਨਾ ਪੈਸੇ ਤੁਹਾਨੂੰ ਕੱਲ੍ਹ ਦੇ ਜਾਵਾਂਗਾ। ਕਹਿੰਦਾ ਪਿੱਛੇ ਦੇਖੋ ਕੀ ਲਿਖਿਆ ਆ, ਉੱਥੇ ਲਿਖਿਆ ਸੀ ਅੱਜ ਨਗਦ ਕੱਲ੍ਹ ਉਧਾਰ। ਮੈਂ ਕਿਹਾ ਠੀਕ ਹੈ, ਜੇ ਤੁਸੀਂ ਉਧਾਰ ਕੱਲ੍ਹ ਦੇਣਾ ਹੈ ਤਾਂ ਮੈਂ ਕੱਲ੍ਹ ਸਮਾਨ ਲੈ ਜਾਵਾਂਗਾ, ਕੱਲ੍ਹ ਉਧਾਰ ਲੈ ਲਵਾਂਗਾ। ਅਤੇ ਦੋਸਤੋ, ਸਾਡਾ ਬਹੁਤ ਹੀ ਪਿਆਰਾ ਕਲਾਕਾਰ ਦਿਲਪ੍ਰੀਤ, ਜਿਹੜਾ ਤੁਹਾਨੂੰ ਹਮੇਸ਼ਾ ਸਟੈਂਡ ਅਪ ਕਮੇਡੀ ਨਾਲ ਹਸਾਉਂਦਾ ਹੈ, ਅਤੇ ਅੱਜ ਦੇਖਦੇ ਹਾਂ ਕਿੱਦਾਂ ਇਸ ਟੋਪਿਕ 'ਤੇ ਸਾਨੂੰ ਹਸਾਉਂਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਸਿੰਘ। ਸੋ ਅੱਜ ਦੇ ਟੋਪਿਕ 'ਤੇ ਗੱਲਬਾਤ ਕਰਦੇ ਹਾਂ, ਅਤੇ ਪਹਿਲਾ ਕਿੱਸਾ ਮੈਨੂੰ ਯਾਦ ਆਇਆ ਇਹਨਾਂ ਦਾ, ਸ਼ੁਗਲੀ ਜੁਗਲੀ ਜੀ ਦਾ। ਅਤੇ ਇੱਕ ਵਾਰ ਵੈਸੇ ਇਕੱਠੇ ਬੈਠੇ ਗੱਲਬਾਤ ਕਰਨ ਡੇ, ਅਤੇ ਕਹਿੰਦੇ ਯਾਰ ਜਿਹੜਾ ਮਲਕੀਤ ਆ ਸਾਡਾ ਯਾਰ ਨਾ, ਉਹਦਾ ਵਿਹਾਰ ਬੜਾ ਵਧੀਆ, ਦੋਵੇਂ ਇੱਕ ਦੂਜੇ ਨੂੰ ਬਾਰ ਬਾਰ ਦੀ ਤਾਰੀਫ ਕਰਨ। ਕਹਿੰਦਾ ਉਹ ਮੇਰੇ ਕੋਲ 10,000 ਰੁਪਇਆ ਲੈ ਕੇ ਜਾਂਦਾ, ਹਫ਼ਤੇ ਬਾਅਦ 10,000 ਮੋੜ ਜਾਂਦਾ। ਅਤੇ ਜੁਗਲੀ ਜੀ ਵੀ ਇਹੀ ਕਹਿੰਦੇ
ਕਿ ਮੇਰੇ ਕੋਲ 10,000 ਰੁਪਏ ਲੈ ਕੇ ਜਾਂਦਾ, ਹਫ਼ਤੇ ਬਾਅਦ ਮੈਨੂੰ ਵੀ 10,000 ਮੋੜ ਜਾਂਦਾ। ਉਹ ਬਾਅਦ 'ਚ ਪਤਾ ਲੱਗਾ ਇੱਧਰੋਂ 10,000 ਲੈ ਕੇ ਉੱਧਰ ਦੇ ਦਿੰਦਾ, ਉੱਧਰੋਂ 10,000 ਲੈ ਕੇ ਇੱਧਰ ਦੇ ਦਿੰਦਾ, ਮਤਲਬ ਉਹਨਾਂ ਦਾ ਕਦੀ 10,000 ਨਹੀਂ ਮੁੜਿਆ। ਤਾਂ ਤੁਸੀਂ ਉਹ ਦੇਖੋ ਸ਼ੁਗਲੀ ਜੁਗਲੀ ਜੀ ਕਿੰਨੇ ਭੋਲੇ ਆ, ਉਹਦਾ ਵਿਹਾਰ ਹੀ ਵਧੀਆ ਸਮਝਦੇ ਰਹੇ ਉਹਨਾਂ ਦੇ। ਸ਼ੁਗਲੀ ਜੁਗਲੀ ਜੀ ਭੋਲੇ ਤਾਂ ਹੈਗੇ ਆ ਪਰ ਚਲਾਕ ਵੀ ਬਹੁਤ ਜ਼ਿਆਦਾ। ਇੱਦਾਂ ਹੀ ਨਾ ਉਹਨਾਂ ਦੇ ਕਿਸੇ ਯਾਰ ਦੋਸਤ ਐਕਸੀਡੈਂਟ ਹੋ ਗਿਆ, ਇਹ ਉਹਨੂੰ ਚੱਕ ਕੇ ਲੈ ਗਏ ਹਸਪਤਾਲ। ਹਸਪਤਾਲ ਪਹੁੰਚਦੇ ਹੀ ਡਾਕਟਰ ਕਹਿੰਦਾ ਯਾਰ ਇਹਦੀ ਨਾ ਲੱਤ ਨੀਲੀ ਪੈ ਗਈ ਹੈ, ਕੱਟਣੀ ਪੈਣੀ ਹੈ। ਸ਼ੁਗਲੀ ਜੁਗਲੀ ਕਹਿੰਦੇ ਕੱਟ ਦਿਓ। ਫਿਰ ਉਹ ਕਹਿੰਦਾ ਦੇਖੋ ਕਹਿੰਦੇ ਬਾਂਹ ਵੀ ਨੀਲੀ ਪੈਂਦੀ ਪਈ, ਇਹ ਵੀ ਕੱਟਣੀ ਪੈਣੀ ਹੈ। ਸ਼ੁਗਲੀ ਜੁਗਲੀ ਕਹਿੰਦੇ ਕੱਟ ਦਿਓ ਕੋਈ ਚੱਕਰ ਨਹੀਂ। ਅਤੇ ਉਹ ਵਾਰ ਵਾਰ ਕਹੀ ਜਾਣ ਇਹ ਜਿਹੜੀ ਸਿਰ 'ਤੇ ਸੱਟ ਲੱਗੀ ਹੈ ਇਹ ਠੀਕ ਹੋ ਜਾਏਗੀ ਨਾ, ਇਹਨਾਂ ਕੋਈ ਫਰਕ ਤਾਂ ਨਹੀਂ ਪਊਗਾ। ਉਹ ਡਾਕਟਰ ਕਹਿੰਦਾ ਯਾਰ ਤੁਸੀਂ ਕਿੱਦਾਂ ਦੇ ਬੰਦੇ ਹੋ, ਉਹਦੀ ਲੱਤ ਘਟਾਉਣ ਨੂੰ ਤਿਆਰ ਹੋ, ਉਹਦੀ ਬਾਂਹ ਘਟਾਉਣ ਨੂੰ ਤਿਆਰ ਹੋ, ਅਤੇ ਨਿੱਕੇ ਜੀ ਮੈਂ ਜਿਹੜੀ ਉੱਥੇ ਸੱਟ ਲੱਗੀ ਉਹਦੇ ਬਾਰੇ ਵਾਰ ਵਾਰ ਪੁੱਛੀ ਜਾਂਦੇ ਪਏ ਹੋ। ਸ਼ੁਗਲੀ ਜੁਗਲੀ ਕਹਿੰਦੇ ਬਾਕੀ ਸਾਰੀ ਗੱਲ ਠੀਕ ਹੈ, ਲੱਤ ਜਾਵੇ ਬਾਹ ਜਾਵੇ, ਪਰ ਇਹਦੀ ਯਾਦਾਸ਼ ਨਹੀਂ ਜਾਣੀ ਚਾਹੀਦੀ ਕਿਉਂਕਿ ਇਹਨੂੰ ਆਪਾਂ 1,00,000 ਰੁਪਏ ਉਧਾਰਾ ਦਿੱਤਾ ਹੋਇਆ, ਉਹ ਵਾਪਸ ਵੀ ਲੈਣਾ ਹੈ। ਮੇਰਾ ਇੱਕ ਦੋਸਤ ਹੈਗਾ ਉਹ ਨਾ ਇੱਧਰੋਂ ਉੱਧਰੋਂ ਉਧਾਰ ਫੜਦਾ ਇਹਨਾਂ ਦਾ ਪਰ ਕਦੀ ਵਾਪਸ ਨਹੀਂ ਕਰਦਾ, ਪੈਸੇ ਹੋਣ ਤਾਂ ਵੀ ਨਹੀਂ ਵਾਪਸ ਕਰਦਾ। ਉਹ ਮੈਂ ਕਿਹਾ ਯਾਰ ਤੇਰਾ ਦਿਮਾਗ ਖਰਾਬ ਹੈ, ਤੇਰੇ ਕੋਲ ਪੈਸੇ ਹੁੰਦੇ ਸੁਣਦੇ ਤੂੰ ਲੋਕਾਂ ਦਾ ਪੈਸਾ ਨਹੀਂ ਮੋੜਨ ਰਿਹਾ, ਉਧਾਰ ਲੈ ਲੈ ਰੱਖੀ ਜਾਂਦਾ ਪਿਆ, ਤੇਰਾ ਚੱਕਰ ਕੀ ਹੈ? ਉਹ ਕਹਿੰਦਾ ਯਾਰ ਸਿੱਧਾ ਜਿਹਾ ਫੰਡਾ, ਜੇ ਤੁਸੀਂ ਕਿਸੇ ਕੋਲ ਉਧਾਰ ਲੈ ਕੇ ਪੈਸੇ ਵਾਪਸ ਨਾ ਕਰੋ ਤਾਂ ਤੁਹਾਡੀ ਉਮਰ ਲੰਬੀ ਹੋ ਜਾਂਦੀ ਹੈ। ਮੈਂ ਕਿਹਾ ਲੰਬੀ ਕਿੱਦਾਂ ਹੋ ਜਾਂਦੀ ਹੈ ਯਾਰ? ਕਹਿੰਦਾ ਪਹਿਲੀ ਗੱਲ ਜੇ ਤਾਂ ਤੁਸੀਂ ਪੈਸੇ ਲਏ ਆ, ਉਹ ਹਰ ਵੇਲੇ ਇਹ ਦੁਆ ਕਰੂਗਾ ਯਾਰ ਤੁਹਾਨੂੰ ਕੁਛ ਹੋ ਨਾ ਜਾਵੇ, ਤੁਸੀਂ ਉਹਦੇ ਪੈਸੇ ਦੇਣੇ ਆ। ਅਤੇ ਬਸ ਇੱਦਾਂ ਹੀ ਜਦੋਂ ਕਿੰਨੇ ਜਾਣੇ ਕੋਲ ਉਧਾਰ ਲਓ, ਕਿੰਨੇ ਜਾਣੇ ਤੁਹਾਡੇ ਲਈ ਦੁਆ ਕਰਦੇ ਆ ਕਿ ਤੁਹਾਨੂੰ ਕੁਛ ਹੋ ਨਾ ਜਾਵੇ, ਅਤੇ ਉਮਰ ਆਪੇ ਲੰਬੀ ਹੋ ਜਾਂਦੀ ਹੈ। ਆਪਣੀ ਗੱਲ ਸੁਣ ਲਾ, ਇਹ ਲੋਕਾਂ ਨੂੰ ਦੱਸਣ ਡਿਆ ਪੈਸੇ ਕਢਾਉਣੇ ਔਖੇ, ਇਹਦੇ ਕੋਲ ਇੰਨੀ ਮੁਸ਼ਕਲ ਪੈਸੇ ਕਢਾਏ, 10 ਸਾਲ ਪਹਿਲਾਂ ਇਹਨੂੰ 10,000 ਰੁਪਈਆ ਦਿੱਤਾ। ਮੈਂ ਇਹਦੇ ਘਰ ਪੈਸੇ ਲੈਣ ਗਿਆ, ਮੇਰੇ ਘਰ ਪਹੁੰਚ ਗਿਆ, ਮੇਰੇ ਘਰ ਆਇਆ ਅਤੇ ਮੇਰੀ ਵਾਈਫ ਘਰ ਇਕੱਲੀ ਹੈ ਅਤੇ ਆ ਕੇ ਬਹਿ ਗਿਆ। ਕਹਿੰਦੇ ਸ਼ੁਗਲੀ ਕਿੱਥੇ ਆ? ਕਹਿੰਦੇ ਤੁਹਾਡੇ ਘਰ ਗਿਆ।
ਕਹਿੰਦੇ ਕੋਈ ਨਹੀਂ ਤੁਸੀਂ ਬੈਠੋ, ਹੁਣੇ ਆ ਜਾਂਦੇ ਆ। ਇਹ ਬੈਠਿਆ ਅਤੇ ਨਾਲ ਹੀ ਮੇਰੀ ਵਾਈਫ ਵੱਲ ਦੇਖ ਕੇ ਕਹਿੰਦਾ, ਭਾਬੀ ਜੀ ਤੁਹਾਡੀ ਸਮਾਈਲ ਬੜੀ ਸੋਹਣੀ ਹੈ, ਥੋੜ੍ਹਾ ਹੱਸ ਕੇ ਦਿਖਾਇਓ। ਉਹ ਕਹਿੰਦੀ ਇਹਨੇ 1000 ਰੁਪਇਆ ਦੇ ਦਿੱਤਾ। ਫਿਰ ਕਹਿੰਦੇ ਜੇ ਥੋੜ੍ਹਾ ਖੁੱਲ੍ਹ ਕੇ ਹੱਸੋ ਤਾਂ ਮੈਂ ਤੁਹਾਨੂੰ 2000 ਰੁਪਇਆ ਦਿਆਂਗਾ। ਉਹ ਖੁੱਲ੍ਹ ਕੇ ਹੱਸੀ, ਇਹਨੇ 2000 ਰੁਪਇਆ। ਕਹਿੰਦੇ ਜੇ ਖਿੜਖੜਾ ਕੇ ਹੱਸੋ ਮੈਂ ਤੁਹਾਨੂੰ 7000 ਰੁਪਇਆ ਹੋਰ ਦਿਆਂਗਾ। ਉਹ ਖਿੜਖੜਾ ਕੇ ਹੱਸੀ, ਇਹਨੇ ਉਹਨੂੰ 7000 ਰੁਪਇਆ ਉਠਾ। ਕਿਉਂ ਮੈਨੂੰ ਕਹਿੰਦੀ ਰਹਿੰਦੀ ਸੂਟ ਸਵਾਦਾ ਸੂਟ ਸਵਾਦਾ, ਮੈਂ ਸਵਾ ਕੇ ਨਹੀਂ ਦਿੰਦਾ। ਉਹਨੂੰ 10000 ਰੁਪਇਆ ਮਿਲ ਗਿਆ, ਇਹਦੇ ਕੋਲ ਹੋਰ ਕੀ ਚਾਹੀਦਾ। ਮੈਂ ਘਰ ਆਇਆ ਚਲੇ ਗਿਆ ਅਤੇ ਉਹਨੇ ਪਿੱਛੇ ਪੈਸੇ ਲਗਾਏ 10000 ਰੁਪਇਆ ਇੱਦਾਂ ਕਰਕੇ। ਅਤੇ ਮੈਂ ਪੁੱਛਿਆ ਜੁਗਲੀ ਆਇਆ ਸੀ? ਕਹਿੰਦੀ ਆਇਆ ਸੀ। ਮੈਂ ਕਿਹਾ ਕੋਈ 10000 ਰੁਪਇਆ ਲੈਣਾ ਸੀ, ਦੇ ਗਿਆ? ਕਹਿੰਦੀ ਹਾਏ ਮੈਂ ਮਰ ਗਈ, ਇਹ ਦੇ ਗਿਆ ਜੀ। ਦੋਸਤੋ ਆਮ ਜਿਹੜੇ ਕਰਿਆਨੇ ਵਾਲੀ ਦੁਕਾਨਾਂ 'ਤੇ ਨਾ ਕੁਝ ਲਿਖਿਆ ਹੁੰਦਾ ਕਿ ਉਧਾਰ ਲੈਣ ਵਾਲੀ ਸ਼ਕਲ ਹੋਰ ਤਰ੍ਹਾਂ ਭੈੜੀ ਜਿਹੀ ਬਣਾਈ ਹੁੰਦੀ ਹੈ, ਜਾਂ ਲਿਖਿਆ ਹੁੰਦਾ ਅੱਜ ਨਗਦ ਕੱਲ੍ਹ ਉਧਾਰ। ਕਈ ਵਾਰੀ ਇਹ ਵੀ ਲਿਖਿਆ ਹੁੰਦਾ ਵਿਹਲੇ ਯਾਰਾਂ ਦੀ ਲੋੜ ਨਹੀਂ ਹੈ। ਹਾਂਜੀ ਕੀ ਹਾਲ ਹੈ ਜੀ? ਜੀ ਸਭ ਠੀਕ ਠਾਕ ਜੀ। ਹੋਰ ਕਿੱਦਾਂ ਸੇਲ? ਬਸ ਠੀਕ ਹੈ ਜੀ, ਠੀਕ ਹੈ, ਕੰਮ ਚੱਲ ਰਿਹਾ ਜੀ। ਲਿਆਓ ਦੇ ਦਿਓ ਫਿਰ, ਮੈਂ ਅੱਗੇ ਹੋਇਆ ਵਾਂ, ਅੱਗੇ ਪੈਸੇ ਫੜੀਏ ਜਾ ਕੇ, ਨਾਲ ਦੀ ਨਾਲ ਹੀ ਹਿਸਾਬ ਕਿਤਾਬ ਕਰ ਲੈਂਦੇ। ਵਧੀਆ ਰਹਿੰਦਾ ਫਿਰ, ਬਾਅਦ 'ਚ ਨਾ ਕਨਫਿਊਜ਼ਨ ਨਹੀਂ ਰਹਿੰਦੀ ਕੋਈ। ਚਲੋ ਚਲੋ ਵਧੀਆ, ਚਲੋ ਕਰੀ ਜਾਓ। ਪੱਤੀ ਪੁੱਤੀ ਮੁੱਕੀ ਸੀ, ਉਹ ਵੀ ਭੇਜ ਦੇਣੀ ਸੀ। ਮੈਸੇਜ ਕਰ ਦਿਓ ਕੀ ਕੀ ਚਾਹੀਦਾ, ਮੈਂ ਭਿਜਵਾ ਦਾਂਗਾ। ਠੀਕ ਹੈ ਜੀ, ਠੀਕ ਹੈ। ਉਹ ਡਰਾਈਵਰ ਮੁੰਡਾ ਆ ਕੇ ਫੜਾ ਜੂਗਾ ਤੁਹਾਨੂੰ। ਓਕੇ ਓਕੇ, ਮਿਹਰਬਾਨੀ ਮਿਹਰਬਾਨੀ। ਹਾਂਜੀ ਬੇਟਾ ਜੀ, ਸਾਹਿਬ ਆ ਸਰਦਾਰ ਜੀ। ਹਾਂਜੀ ਹਾਂਜੀ, ਬਤਰਾ ਜੀ ਦਾ ਬੇਟਾ ਦਾ। ਹਾਂਜੀ ਬਤਰਾ ਸਾਹਿਬ ਦਾ। ਕਾਕਾ ਕਿੱਦਾਂ? ਕਾਕਾ ਅੱਛਾ, ਰਿਸ਼ਤੇ ਬਾਰੇ ਮੁੰਡਾ ਦੇਖੋ ਕਿਆ ਸੋਹਣਾ ਸੁਨੱਗਾ ਜੀ। ਸੋਹਣਾ ਤਾਂ ਮੈਨੂੰ ਨਜ਼ਰ ਆਉਣ ਡਿਆ, ਕੰਮ ਕਾਰ ਕਿੱਦਾਂ ਹੈਗਾ? ਕੰਮ ਟੌਪ ਦਾ ਮਹਾਰਾਜ, ਇੱਦਾਂ ਦੇ ਕਈ ਸ਼ਹਿਰ 'ਚ ਸਟਾਲ ਲਵਾਏ, ਪਤੀ ਦੇ ਇਹਨਾਂ ਦੇ ਆਪਣੇ ਬਾਗ ਆ, ਕੰਮ ਤੇ ਲਹਿਰਾਂ ਬਹਿਰਾਂ ਹੋਈਆਂ ਪਈਆਂ ਮਾਰੇ, ਬਸ ਅਗਰਾਹੀ ਕਰਦੇ ਨੇ। ਰਿਸ਼ਤਾ ਕਰਨ ਵਾਲੀ ਗੱਲ ਕਰੋ ਜੀ, ਕੁੜੀ ਰਾਜ ਕਰੂ ਰਾਜ, ਬਸ ਕਿਰਪਾ ਹੀ ਹੈ ਬਹੁਤ ਕੰਮ ਮੇਰਾ। ਮੈਂ ਅਨੇਜਾ ਅਨੇਜਾ। ਹਾਂਜੀ ਮੈਨੂੰ ਪਤਾ ਲੱਗ ਗਿਆ, ਅਖਬਾਰ ਦੇ ਥਰੂ ਗੱਲਬਾਤ ਚੱਲ ਰਹੀ ਹੈ। ਰਿਸ਼ਤੇ ਬਹੁਤ ਆਉਂਦੇ ਆ, ਉਹ ਹੋਰ ਰਿਸ਼ਤੇ ਵਾਲੇ। ਹਾਂਜੀ ਕੀ ਹਾਲ ਹੈ? ਠੀਕ ਹੋ? ਮੈਂ ਲੰਘਦਾ ਫਿਰ ਮੈਂ ਪੇਮੈਂਟ ਲੈ ਜਾਵਾਂ ਆਪਣੀ ਫਿਰ। ਪੇਮੈਂਟ ਭਾਜੀ ਯਾਰ, ਤੁਹਾਨੂੰ ਪਤਾ ਠੰਡ ਦਾ ਟਾਈਮ ਹੈ, ਧੁੰਦਾ ਪੈਂਦੀਆਂ ਪਈਆਂ, ਕੰਮ ਕਿੱਥੇ ਆ? ਕੰਮ ਹੈ ਨਹੀਂ ਭਾਜੀ, ਬਿਲਕੁਲ ਠੰਡਾ ਪਿਆ ਕੰਮ। 3 ਮਹੀਨੇ ਹੋ ਗਏ, ਪ੍ਰੋਫਿਟ ਹੁੰਦਾ ਹੀ ਨਹੀਂ ਪਿਆ, ਕੰਮ ਨਹੀਂ, ਬਿਲਕੁਲ ਨਹੀਂ। ਹੈਲੋ, ਹਾਂਜੀ ਹਾਂਜੀ ਭਾਜੀ, ਭਾਜੀ ਕਮਾਲ ਕਰਨ ਡਏ ਆ, ਉਹ ਰਿਸ਼ਤਾ ਕਰੋ, ਕੁੜੀ ਰਾਜ ਕਰੂਗੀ ਜੀ। ਉਹ ਭਾਜੀ ਬੰਦਾ ਪੈਸੇ ਲੈਣ ਆਇਆ, ਕਹਿੰਦਾ ਧੁੰਦਾ ਪੈਣ ਦੀਆਂ, ਕੰਮ ਹੈ ਨਹੀਂ, ਕੋਈ ਕਮਾਈ ਹੈ ਨਹੀਂ, ਬੋਣੀ ਨਹੀਂ ਹੋਈ, ਤੇ ਮੈਂ ਕੁੜੀ ਕਿਤੇ ਹੋਰ ਵਿਆਹ ਲਾਂਗਾ। ਉਧਾਰ ਤੋਂ ਮੈਨੂੰ ਗੱਲ ਚੇਤੇ ਆਈ, ਮੇਰੀ ਕਰਿਆਨੇ ਦੀ ਦੁਕਾਨ ਹੁੰਦੀ ਸੀ, ਮੇਰੇ ਕੋਲ ਇੱਕ ਬੰਦਾ ਆਇਆ, ਕਹਿੰਦਾ ਭਾਜੀ 1 ਕਿਲੋ ਮੂੰਗੀ ਦਾਲ ਪਾ ਦਿਉ। ਮੈਂ ਪਾ ਦਿੱਤੀ, ਮੈਂ ਕਿਹਾ ਲਿਫਾਫਾ ਨਹੀਂ ਮਿਲਣਾ, ਲਿਫਾਫੇ ਦੇ ਵੱਖਰੇ ਪੈਸੇ ਲੱਗਣੇ। ਕਹਿੰਦਾ ਤਾਂ ਕਰੋ ਮਾਂ ਦੀ ਦਾਲ ਵੀ ਪਾ ਦਿਉ 1 ਕਿਲੋ ਇਹਦੇ 'ਚ। ਮੈਂ ਉਹ ਵੀ ਪਾ ਦਿੱਤੀ, ਉਸ ਤੋਂ ਬਾਅਦ ਕਹਿੰਦਾ ਜੀ ਪੱਤੀ ਵੀ ਪਾ ਦਿਉ ਇਹ 'ਚ, ਪਾਈ ਆ, ਮੈਂ ਪੱਤੀ ਵੀ ਪਾ ਦਿੱਤੀ। ਉਸ ਤੋਂ ਬਾਅਦ ਕਹਿੰਦਾ ਇੱਦਾਂ ਕਰੋ ਖੰਡ ਵੀ ਇਹਦੇ 'ਚ ਪਾ ਦਿਉ। ਉਹ ਮੈਂ ਕਿਹਾ ਭਰਾਵਾ ਲਿਫਾਫਾ ਲੈ ਲਿਆ ਕਿ ਉਹ ਸਾਰਾ ਇਕੱਠਾ ਕਰੀ ਜਾਂਦਾ ਪਿਆ, ਉਹਨੇ 1 ਕਿਲੋ ਖੰਡ ਵੀ ਉਹ 'ਚ ਪਾ ਲਈ। ਉਸ ਤੋਂ ਮੈਂ ਕਿਹਾ ਸਰੋਂ ਦਾ ਤੇਲ ਕਰ, ਮੈਨੂੰ ਕਹਿੰਦਾ ਸਰੋਂ ਦਾ ਤੇਲ ਲੈਣਾ, ਕਹਿੰਦਾ ਮੈਂ ਕਿਹਾ ਸਰੋਂ ਤੇਲ ਨਾ ਅੱਜ ਪਵਾਈ, ਕਹਿੰਦਾ ਪਾ ਦਿਉ ਕੋਈ ਗੱਲ ਨਹੀਂ ਪਾ ਦਿਉ, ਮੈਂ ਸਰੋਂ ਤੇਲ ਹੀ ਪਾ। ਉਹ ਸਾਰਾ ਵੀ ਪਾਉਣ ਤੋਂ ਬਾਅਦ ਪੈਸੇ ਮੰਗੇ, ਕਹਿੰਦਾ ਪੈਸੇ ਮੈਂ ਕੱਲ੍ਹ ਦਿਆਂਗਾ। ਮੈਂ ਕਿਹਾ ਪਿੱਛੇ ਲਿਖ ਕੇ ਲਾਇਆ ਅੱਜ ਨਗਦ ਕੱਲ੍ਹ ਉਧਾਰ, ਕਹਿੰਦਾ ਜੇ ਨਹੀਂ ਉਧਾਰ ਦੇਣਾ ਤਾਂ ਲਓ ਆਪਣਾ ਸਮਾਨ ਵਾਪਸ। ਦੋਸਤੋ ਉਮੀਦ ਹੈ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਵਧੀਆ ਲੱਗਾ ਹੋਏਗਾ, ਤਾਂ ਹੀ ਤਾਂ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ। ਅਤੇ ਮਿਲਦੇ ਹਾਂ ਅਗਲੇ ਹਫ਼ਤੇ ਐਸੇ ਦਿਨ ਐਸੇ ਸਮੇਂ ਐਸੇ ਚੈਨਲ 'ਤੇ ਐਸੇ ਪ੍ਰੋਗਰਾਮ, ਯਾਨੀ ਕਿ ਧੱਕਾ ਸਟਾਰਟ।